ਬੜਾ ਚਿੰਤਾ ਦਾ ਵਿਸ਼ੇ ਹੈ ਕਿਉਂਕਿ ਮੈਂ ਅੰਮ੍ਰਿਤਸਰ ਦਾ ਨਿਵਾਸੀ ਆ ਪੰਜਾਬ ਦਾ ਨਿਵਾਸੀ ਆ ਕਿ ਪੰਜਾਬ ਵੀ ਜਿਹੜੀ ਅੱਡੀ ਵੱਡੀ ਨਸ਼ੇ ਦੀ ਡਿਸਟ੍ਰਿਬਿਊਸ਼ਨ ਹੋ ਰਹੀ ਹੈ ਤੇ ਖੈਰ ਸਭ ਨੂੰ ਨਜ਼ਰ ਆ ਹੀ ਰਿਹਾ ਸੀ ਮੈਂ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਹਨਾਂ ਦੀ ਕਸਮ ਯਾਦ ਕਰਾਉਣਾ ਚਾਹਨਾ ਜਿਹੜੀ ਕਿ 3 ਸਾਲ ਪਹਿਲੇ ਉਹਨਾਂ ਨੇ ਗੁਟਕਾ ਸਾਹਬ ਹੱਥ 'ਚ ਫੜ ਕੇ ਪਵਿੱਤਰ ਦਮਦਮਾ ਸਾਹਿਬ ਵਾਲਚੇਰਾ ਕਰਕੇ ਲਿੱਤੀ ਸੀ ਕਿ ਮੈਂ 4 ਹਫ਼ਤੇ 'ਚ ਨਸ਼ਾ ਖਤਮ ਕਰ ਦਿਆਂਗਾ ਅਜੇ ਨਸ਼ਾ ਖਤਮ ਹੋਇਆ ਹੈ ਇਨੇ ਕਿਲੋਆਂ ਦੇ ਹਿਸਾਬ ਦੇ ਨਾਲ ਨਸ਼ਾ ਜਿਹੜਾ ਹੈ ਉਹ ਸੈਂਟਰਲ ਏਜੰਸੀਸ ਦੇ ਸਹਿਯੋਗ ਦੇ ਨਾਲ ਅੱਜ ਬਰਾਮਦ ਹੋ ਰਿਹਾ ਹੈ ਪੰਜਾਬ ਵਿੱਚ ਪਿੱਛੇ ਹਾਈ ਕੋਰਟ ਨੇ ਵੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਫਟਕਾਰ ਲਾਈ ਕਿ ਤੁਸੀਂ ਨਸ਼ਾ ਜਿਹੜਾ ਘਟਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਿੱਛੇ ਮਹਿਲਾਵਾਂ ਦਾ ਇੱਕ ਮਾਤਾਵਾਂ ਦਾ ਇੱਕ ਜੱਥਾ ਜਿਹੜਾ ਹੈ ਸੰਗਰੂਰ ਦੇ ਵਿੱਚੋਂ ਜਾ ਕੇ ਉੱਥੇ ਆਲਾ ਅਧਿਕਾਰੀਆਂ ਨੂੰ ਮਿਲਿਆ ਔਰ ਉਹਨਾਂ ਨੂੰ ਕਿਹਾ ਕਿ ਅਸੀਂ ਠਿਕਰੀ ਪੈਰਾ ਦੇਾਂਗੇ ਕਿਉਂਕਿ ਨਸ਼ਾ ਇੰਨਾ ਆਸਾਨੀ ਨਾਲ ਪਿੰਡਾਂ 'ਚ ਉਪਲਬਧ ਹੋ ਚੁੱਕਾ ਹੈ ਕਿ ਬੱਚਿਆਂ ਨੂੰ ਘਰ ਘਰ ਤੱਕ ਨਸ਼ਾ ਪਹੁੰਚਾਇਆ ਪਹੁੰਚਾਇਆ ਜਾ ਰਿਹਾ ਹੈ ਐਜੂਕੇਸ਼ਨ ਇੰਸਟੀਚੂਟਸ ਜਿਹੜੇ ਨੇ ਔਰ ਆਮ ਜਗ੍ਹਾ ਦੇ ਉੱਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਸਰਕਾਰ ਦੇ ਹੁੰਦਿਆ ਨਸ਼ਾ ਇੰਨੀ ਆਸਾਨੀ ਨਾਲ ਉਪਲਬਧ ਕਿਸ ਤਰ੍ਹਾਂ ਮਤਾਵਾ ਨੇ ਕਿਹਾ ਕਿ ਅਸੀਂ ਠਿਕਰੀ ਪੈਰਾ ਲਾਵਾਂਗੇ ਕਿ ਸਾਡੇ ਬੱਚਿਆਂ ਨੂੰ ਨਸ਼ਾ ਨਾ ਮਿਲ ਸਕੇ ਔਰ ਨਸ਼ੇ ਦੇ ਸੁਦਾਕਰ ਨਾ ਅੱਗੇ ਜਾ ਸਕਣ ਮੈਂ ਦੇਖਿਆ ਕਿ ਜਿਹੜੀ ਮੌਜੂਦਾ ਕੈਪਟਨ ਸਰਕਾਰ ਹੈ ਇਸ ਲਈ ਜਿਹੜੇ ਨਸ਼ਾ ਮਾਫੀਆ ਰੇਟ ਮਾਫੀਆ ਅਪਰਾਧੀਆਂ ਦੇ ਅੱਗੇ ਸਰਕਾਰ ਕੁਝ ਬੇਬਸ ਨਜ਼ਰ ਆ ਰਹੀ ਹੈ ਔਰ ਉਹ ਬੇਬਸੀ ਪਿੱਛੇ ਪ੍ਰਤਾਪ ਬਾਜਵਾ ਜੀ ਨੇ ਵੀ ਜ਼ਾਹਰ ਕੀਤੀ ਜਿਹੜੇ ਇਹਨਾਂ ਦੇ ਐਮਪੀ ਨੇ ਕਿ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹੋ ਰਹੇ ਨੇ ਕਾਂਗਰਸ ਦੇ ਬੁਰੇ ਦਿਨ ਆਣ ਵਾਲੇ ਨੇ ਇਹ ਬੜਾ ਉਹਨਾਂ ਨੇ ਫਟਕਾਰ ਲਾਈ ਔਰ ਉਹੀ ਨਹੀਂ ਕਈ ਐਮਪੀ ਕਈ ਕਾਂਗਰਸ ਦੇ ਐਮਐਲਏ ਸਰਕਾਰ ਦੇ ਖਿਲਾਫ ਖੁੱਲੇ ਤੌਰ ਤੇ ਬੋਲ ਰਹੇ ਨੇ ਬੋਲ ਚੁੱਕੇ ਨੇ ਸੋ ਮੈਂ ਸਮਝਾਣਾਵਾਂਗੇ ਅੱਜ ਪੰਜਾਬ ਦੀ ਸਰਕਾਰ ਨਾਲ ਦੀ ਚੀਜ਼ ਨਹੀਂ ਹੈ ਪੰਜਾਬ ਦੇ ਸਰਕਾਰ ਦੇ ਵਿੱਚ ਮੁੱਖ ਮੰਤਰੀ ਦੇ ਦ੍ਰਿਸ਼ ਨੇ ਮੰਤਰੀ ਦੇ ਦ੍ਰਿਸ਼ ਨੇ ਐਮਐਲਏ ਦੇ ਦ੍ਰਿਸ਼ ਨੇ ਔਰ ਪੰਜਾਬ ਦੇ ਉੱਤੇ ਬਹੁਤ ਹੀ ਭਿਆਨਕ ਕਾਲਾ ਸਮੇਂ ਚੱਲ ਰਿਹਾ ਹੈ ਕੈਪਟਨ ਸਾਹਿਬ ਕਹਿ ਰਹੇ ਕਿ ਅਸੀਂ 44500 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ 35500 ਮੁਕਦਮੇ ਦਰਜ ਕੀਤੇ ਕੈਪਟਨ ਸਾਹਿਬ ਤੇ ਹਰ ਡਾਟਾ ਦੇ ਰਹੇ ਨੇ ਡਾਟੇ ਦਾ ਪ੍ਰੂਫ ਕੀ ਹੈ ਅੱਜ ਕੈਪਟਨ ਸਾਹਿਬ ਨੇ ਕਿਆ ਸਕਾ ਕਿ ਮੈਂ 2500 ਰੁਪਏ ਯੂਥ ਨੂੰ ਬੇਰੋਜ਼ਗਾਰੀ ਪੱਤਾ ਦੇਵਾਂਗਾ ਕਿੱਥੇ ਦਿੱਤਾ ਹੈ ਕੈਪਟਨ ਸਾਹਿਬ ਕਹਿੰਦੇ ਸੀਗੇ ਕਿ ਮੈਂ ਹਰ ਘਰ ਦੇ ਵਿੱਚ ਪੰਜਾਬ ਦੇ ਨੌਕਰੀ ਦੇਵਾਂਗਾ ਕਿ ਹਰ ਘਰ ਨੂੰ ਨੌਕਰੀ ਦੇਤੀ ਕੈਪਟਨ ਸਾਹਿਬ ਕਹਿੰਦੇ ਸੀ ਕਿ ਮੈਂ ਕਿਸਾਨਾਂ ਦਾ 90000 ਕਰੋੜ ਦਾ ਕਰਜ਼ਾ ਮਾਫ ਕਰਾਂਗਾ ਅੱਗੇ ਉਹ ਕਰਜ਼ਾ ਮਾਫ ਹੋ ਗਿਆ ਕਿ ਬੁਢਾਪਾ ਪੈਨਸ਼ਨ ਮਿਲ ਰਹੀ ਹੈ ਵਿਧਵਾ ਪੈਨਸ਼ਨ ਮਿਲ ਰਹੀ ਹੈ ਸ਼ਗਨ ਸਕੀਮ ਮਿਲ ਰਹੀ ਹੈ ਕੈਪਟਨ ਸਾਹਿਬ ਨੇ ਵਾਦਾ ਕੀਤਾ ਸੀ ਕਿ ਆਟਰਾਦਾਲ ਸਕੀਮ ਦੇ ਨਾਲ ਖੰਡ ਔਰ ਵੋ ਚਾਹ ਪਤੀ ਵੀ ਦਿੱਤੀ ਜਾਏਗੀ ਅਜ ਆਟਾ ਦਾਲ ਸਕੀਮ ਵੀ ਬੰਦ ਹੋ ਗਈ ਹੈ ਅਜ ਬੱਚੀਆਂ ਨੂੰ ਜਿਹੜੀ ਸਾਡੀ ਅਕਾਲੀ ਭਾਜਪਾ ਸਰਕਾਰ ਮੁਫਤ ਸਾਈਕਲਾਂ ਦਿੰਦੀ ਆ ਜੀ ਸਕੂਲ ਜਾਣ ਲਈ ਬੰਦ ਨੇ ਮੁਫਤ ਕਿਤਾਬਾਂ ਬੰਦ ਨੇ ਜਿਹੜੀ ਸਕਾਲਰਸ਼ਿਪ ਦਿੰਦੀ ਸੀ ਉਹ ਬੰਦ ਹੈ ਅਸੀਂ ਧਾਰਮਿਕ ਟ੍ਰੇਨਾਂ ਚ ਲਾਈਆਂ ਸੀ ਹਰ ਕਮਿਊਨਿਟੀ ਦੇ ਲਈ ਚਾਹੇ ਕੋਈ ਧਰਮ ਹੋਏ ਮੁਫਤ ਯਾਤਰਾ ਮੁਫਤ ਖਾਣਾ ਵੀ ਨਾ ਕੈਪਟਨ ਸਾਹਿਬ ਨੇ ਬੰਦ ਕਰਤੀ ਹੈ ਮੈਂ ਕੈਪਟਨ ਸਾਹਿਬ ਤੋਂ ਇਹ ਜਵਾਬ ਮੰਗਣਾ ਕਿ ਆਪਣਾ ਚੋਣ ਮੈਨੀਫੈਸਟੋ ਛਾਪੋ ਔਰ ਕਿੰਨੀਆਂ ਮੰਗਾ ਪੂਰੀਆਂ ਕੀਤੀਆਂ ਤਿੰਨ ਸਾਲ ਵਿੱਚ ਉਹ ਛਾਪੋ ਜਿਹੜਾ ਕਿ ਤਿੰਨ ਸਾਲ ਤੋਂ ਕੈਪਟਨ ਸਾਹਿਬ ਮੇਰੇ ਇਸ ਬੇਨਤੀ ਦਾ ਜਵਾਬ ਨਹੀਂ ਦੇ ਰਹੇ ਸਰ ਜਿਹੜਾ ਹੁਣ ਕਿਹਾ ਜਾ ਰਿਹਾ ਕਿ ਅਫਗਾਨਿਸਤਾਨ ਤੋਂ ਇੱਕ ਏਪਾਈ ਸੀਗੀ ਔਰ ਉਸ ਤੋਂ ਬਾਅਦ ਇੱਕ ਵੱਡੀ ਮਾਤਰਾ ਦੇ ਵਿੱਚ ਅਫਗਾਨਿਸਤਾਨ ਮੈਂ ਤਾਂ ਕੈਪਟਨ ਸਾਹਿਬ ਦਾ ਵਾਅਦਾ ਦੀ ਗੱਲ ਕਰ ਰਿਹਾ ਦੇਖੋ ਨਸ਼ਾ ਇੰਟਰਨੈਸ਼ਨਲ ਵਿਸ਼ਾ ਹੈ ਸਾਰਿਆਂ ਨੂੰ ਹੱਲ ਕੇ ਖਤਮ ਕਰਨਾ ਚਾਹੀਦਾ ਹੈ ਪੋਲਿਟੀਕਲ ਵਿਸ਼ਾ ਨਹੀਂ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਕੱਠੇ ਹੋ ਕੇ ਨਸ਼ੇ ਦਾ ਮੁਕਾਬਲਾ ਕਰਨਾ ਚਾਹੀਦਾ ਪਰ ਮੈਂ ਕੈਪਟਨ ਸਾਹਿਬ ਤੋਂ ਵਾਅਦੇ ਦੀ ਗੱਲ ਕਰ ਰਿਹਾ ਜਿਹਦੇ ਸਿਰ ਤੇ ਵੋਟਾਂ ਲਿੱਤੀਆਂ ਉਹਨਾਂ ਨੇ ਕਿ ਮੈਂ 4 ਹਫ਼ਤੇ 'ਚ ਨਸ਼ਾ ਖਤਮ ਕਰ ਦਿਆਂਗਾ ਉਹ ਕਿੰਨੇ ਹਫ਼ਤੇ ਬੀਤ ਗਏ 3 ਸਾਲ 'ਚ ਕਿੰਨੇ ਹਫ਼ਤੇ ਹੁੰਦੇ ਸੀ ਔਰ ਅੱਜ ਵੀ ਨਸ਼ੇ ਦੀਆਂ ਵਡੀਆਂ ਖੇਪਾਂ ਪੜੀਆਂ ਜਾ ਰਹੀਆਂ ਨੇ ਇਹ ਸਿੱਧ ਕਰਦਾ ਹੈ ਕਿ ਪੰਜਾਬ ਐਸ ਵੇਲੇ ਬੜੀ ਬੁਰੀ ਤਰ੍ਹਾਂ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਸਰਕਾਰ ਦਾ ਬਜਟ ਆ ਰਿਹਾ ਹੈ ਬਜਟ 'ਚ ਕੀ ਕੁਝ ਖਾਸ ਹੋਏਗਾ ਔਰ ਪੰਜਾਬ ਨੂੰ ਕਿੰਨੀ ਉਮੀਦਾਂ ਹੋਣਗੀਆਂ ਹਰ ਬਜਟ ਜਿਹੜਾ ਹੈ ਉਹ ਬਿਹਤਰੀਨ ਬਜਟ ਆਇਆ ਹੈ ਮੋਦੀ ਸਾਹਿਬ ਦਾ ਬਜਟ ਲੋਕ ਬੜੀ ਉਤਸੁਕਤਾ ਦੇ ਨਾਲ ਵੇਟ ਕਰਦੇ ਨੇ ਔਰ ਉਹੀ ਕਾਰਨ ਹੈ ਕਿ ਦਸ਼ਕਾ ਦੇ ਬਾਅਦ ਕੋਈ ਸਰਕਾਰ ਪੂਰੀ ਬਹੁਮਤ ਦੇ ਨਾਲ ਦੁਬਾਰਾ ਪਾਵਰ ਵਿੱਚ ਆਈ ਹੈ ਔਰ ਕੇਵਲ ਪਾਵਰ ਵਿੱਚ ਨਹੀਂ ਆਈ ਅੱਗੇ ਨਾਲੋਂ ਵੱਧ ਸੀਟਾਂ ਨਾਲ ਆਈ ਹੈ 303 ਸੰਸਦਾਂ ਦੀ ਗਿਣਤੀ ਦੇ ਨਾਲ ਸਰਕਾਰ ਜਿਹੜੀ ਹੈ ਉਹ ਬਣੀ ਹੈ ਸਾਡੀ ਮੈਂ ਸਮਝਣਾ ਵਾ ਕਿ ਇਹ ਬਜਟ ਦੇ ਨਾਲ ਹਰ ਵਰਗ ਨੂੰ ਲਾਭ ਹੋਏਗਾ ਉਹਦੇ ਸਾਹਮਣੇ ਤਾਂ ਨਜ਼ਰ ਆ ਰਿਹਾ ਕਿ ਸਾਰੇ ਸੰਸਦ ਭਾਜਪਾ ਦੇ ਜਿੱਤੇ ਨੇ ਔਰ 5-5 ਲੱਖ ਵੋਟਾਂ ਤੋਂ ਜਿੱਤੇ ਨੇ ਕੁਝ ਸਮਾਂ ਪਹਿਲੇ 23 ਮਈ ਨੂੰ ਰਿਜ਼ਲਟ ਆਇਆ ਲੈ 6 ਮਹੀਨੇ ਵੀ ਉਹ ਚ ਗੱਲ ਨਹੀਂ ਹੋਈ ਦਿੱਲੀ ਨੇ ਆਪਣਾ ਜੋ ਮਨ ਸੀਗਾ ਉੱਥੋਂ ਹੀ ਪਤਾ ਲੱਗ ਗਿਆ ਕਿ ਦਿੱਲੀ ਦਾ ਮਨ ਕੀ ਹੈ ਬੁਰੀ ਤਰ੍ਹਾਂ ਕੇਜਰੀਵਾਲ ਦੀ ਜ਼ਮਾਨਤ ਜ਼ਬਤ ਹੋਏਗੀ ਔਰ ਭਾਜਪਾ ਦੀ ਲੋਕਪ੍ਰੀਆ ਸਰਕਾਰ ਬਣੇਗੀ